ਇੱਕ ਦਿਨ ਬਾਦਸ਼ਾਹ ਅਕਬਰ ਅਤੇ ਉਸ ਦੀ ਪਤਨੀ ਰਾਤ ਦੇ ਖਾਣੇ ਤੋਂ ਬਾਅਦ ਬਾਗ ਵਿੱਚ ਝੂਲੇ ਮਾਰਦੇ ਹੋਏ ਖੁਸ਼ੀ ਨਾਲ ਗੱਲਾਂ ਕਰ ਰਹੇ ਸਨ। ਅਚਾਨਕ ਬੇਗਮ ਦੇ ਉੱਪਰ ਦੀ ਹਵਾ ਖੁੱਲ੍ਹ ਗਈ, ਜਿਸ ਕਾਰਨ ਰਾਜਾ ਬਹੁਤ ਖਿੱਝ ਗਿਆ ਅਤੇ ਉਸ ਦੇ ਬੇਗਮ ਨੂੰ ਤੁਰੰਤ ਮਹੱਲ ਛੱਡਣ ਦਾ ਹੁਕਮ ਦਿੱਤਾ। ਬੇਗਮ ਨੂੰ ਸ਼ਹਿਰ ਦੇ ਬਾਹਰ ਇੱਕ ਬਗੀਚੇ ਵਿੱਚ ਕੈਦੀ ਵਜੋਂ ਨਜ਼ਰਬੰਦ ਕੀਤਾ ਗਿਆ ਸੀ। ਬਾਦਸ਼ਾਹ ਅਕਬਰ ਨੂੰ ਇਸ ਗੱਲ ਦਾ ਜਨੂਨ ਸੀ ਕਿ ਅਗਲੇ ਦਿਨ ਜਦੋਂ ਸਵੇਰ ਦਰਬਾਰ ਲੱਗੇ ਤਾਂ ਰਾਜੇ ਨੂੰ ਕੌਂਸਲਰ ਨੂੰ ਪੁੱਛਿਆ ਕਿ ਤੁਹਾਨੂੰ ਵੀ ਕਦੇ ਸਾਹ ਚੜ੍ਹਦਾ ਹੈ। ਇਹ ਸਭ ਨੂੰ ਪਤਾ ਸੀ ਕਿ ਬੇਗਮ ਨੂੰ ਪੇਟ ਫੁੱਲਣ ਕਾਰਨ ਸਜ਼ਾ ਮਿਲੇਗੀ, ਇਸ ਲਈ ਸਾਰਿਆਂ ਨੇ ਸਰਬਸੰਮਤੀ ਨਾਲ ਇਨਕਾਰ ਕਰ ਦਿੱਤਾ ਅਤੇ ਉਸ ਦਿਨ ਦੀ ਅਦਾਲਤ ਖਤਮ ਹੋ ਗਈ। ਜਿਸ ਦਿਨ ਇਹ ਘਟਨਾ ਵਾਪਰੀ, ਬੀਰਬਲ ਕਿਸੇ ਸਰਕਾਰੀ ਕੰਮ ਲਈ ਬਾਹਰ ਗਿਆ ਹੋਇਆ ਸੀ, ਇਸ ਲਈ ਜਦੋਂ ਉਹ ਕਈ ਦਿਨ ਬਾਅਦ ਵਾਪਸ ਆਇਆ ਤੇ ਰਾਜੇ ਨੇ ਬੀਰਬਲ ਨੂੰ ਇਹ ਸਵਾਲ ਪੁੱਛਿਆ। ਬੀਰਬਲ ਕਦੋਂ ਖੁੰਝਣ ਵਾਲਾ ਸੀ? ਉਸ ਨੇ ਝੱਟ ਕਿਹਾ, ਪ੍ਰਿਥਵੀ ਨਾਥ, ਜਿਸ ਤਰ੍ਹਾਂ ਦੂਜੇ ਲੋਕ ਪੇਟ ਫੁੱਲਣ ਤੋਂ ਪੀੜਿਤ ਹਨ, ਮੈਂ ਵੀ ਇਸ ਤੋਂ ਪੀੜਿਤ ਹਾਂ। ਰਾਜਾ ਬੀਰਬਲ ਦੇ ਜਵਾਬ ਤੋਂ ਬਹੁਤ ਗੁੱਸੇ ਵਿੱਚ ਸੀ ਅਤੇ ਉਸ ਨੂੰ ਕਿਹਾ, ਵਾਹ, ਇਹ ਬਹੁਤ ਵਧੀਆ ਸੀ। ਇਸ ਇਕੱਠ ਵਿੱਚ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਹਵਾ ਵਿੱਚ ਖਿੱਚਿਆ ਗਿਆ ਹੋਵੇ। ਫਿਰ ਤੁਸੀਂ ਇੱਥੇ ਦਾ ਆਨੰਦ ਕਿਵੇਂ ਲੈਣ ਲੱਗੇ? ਜਦੋਂ ਇਹ ਮਾਮਲਾ ਹੈ ਤਾਂ ਤੁਸੀਂ ਅਦਾਲਤ ਤੋਂ ਬਾਹਰ ਚਲੇ ਜਾਓ ਅਤੇ ਜਦੋਂ ਤੱਕ ਮੈਂ ਤੁਹਾਨੂੰ ਆਉਣ ਦੀ ਇਜਾਜ਼ਤ ਨਹੀਂ ਦਿੰਦਾ ਉਦੋਂ ਤੱਕ ਕਦੇ ਨਹੀਂ ਆਉਣਾ। ਬੀਰਬਲ ਤੇਜ਼ੀ ਬੁੱਧੀ ਵਾਲਾ ਸੀ। ਉਸ ਨੂੰ ਜਵਾਬ ਦੇਣ ਵਿੱਚ ਕੋਈ ਝਿਜਕ ਨਹੀਂ ਸੀ, ਪਰ ਮੌਕੇ ਦੇਖ ਕੇ ਕੰਮ ਕਰਨਾ ਸਿਆਣਿਆਂ ਦਾ ਕੰਮ ਹੈ। ਬਾਦਸ਼ਾਹ ਅਕਬਰ ਨੂੰ ਆਪਣੇ ਨਾਲ ਬਹੁਤ ਨਾਰਾਜ਼ ਦੇਖ ਕੇ ਤੁਰੰਤ ਉੱਥੋਂ ਚਲੇ ਗਏ। ਜਦੋਂ ਬੇਗਮ ਕਈ ਦਿਨਾਂ ਤੋਂ ਘਰ ਵਿੱਚ ਨਜ਼ਰਬੰਦ ਰਹੀ ਤਾਂ ਇੱਕ ਦਿਨ ਘਰ ਦੀ ਨਾਰਾਜ਼ਬੰਦੀ ਤੋਂ ਤੰਗ ਆ ਕੇ ਉਸ ਨੇ ਬੀਰਬਲ ਨੂੰ ਬੁਲਾ ਕੇ ਕਿਹਾ, ਬੀਰਬਲ, ਮੈਂ ਤੁਹਾਡੀ ਮਦਦ ਤੋਂ ਬਿਨਾਂ ਨਹੀਂ ਬਚ ਸਕਦਾ, ਕੋਈ ਚਾਲ ਲੱਭੋ ਅਤੇ ਮੈਨੂੰ ਇੱਥੋਂ ਇਸ ਪਾਣੀ ਰਹਿਤ ਜੇਲ੍ਹ ਵਿੱਚੋਂ ਛੁਡਵਾਓ, ਮੇਰੀ ਜ਼ਿੰਦਗੀ ਅਸੰਭਵ ਹੁੰਦੀ ਜਾ ਰਹੀ ਹੈ। ਬੀਰਬਲ ਨੇ ਕਿਹਾ, ਸਿਰਫ ਉਹ ਵਿਅਕਤੀ ਜੋ ਨਿਰਦੋਸ਼ ਹੈ ਦੂਜਿਆਂ ਦੀ ਵਕਾਲਤ ਕਰ ਸਕਦਾ ਹੈ, ਮੈਂ ਆਪ ਹੀ ਤੇਰਾ ਕਸੂਰ ਵਿੱਚ ਸ਼ਾਮਲ ਹਾਂ, ਮੈਂ ਕਿਵੇਂ ਮਦਦ ਕਰ ਸਕਦਾ ਹਾਂ? ਬੇਗਮ ਬੀਰਬਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤਾਂ ਉਸ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬੀਰਬਲ, ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਮੇਰਾ ਪੱਕਾ ਵਿਸ਼ਵਾਸ ਹੈ ਕਿ ਭਾਵੇਂ ਬਾਦਸ਼ਾਹ ਅਕਬਰ ਤੁਹਾਡੇ ਤੋਂ ਨਾ ਖੁਸ਼ ਹੋਵੇ, ਪਰ ਉਸ ਨੂੰ ਮਨਾਉਣਾ ਤੁਹਾਡੇ ਖੱਬੇ ਹੱਥ ਦੀ ਖੇਡ ਹੈ। ਬੇਗਮ ਦੀ ਇਹ ਸਮਝਦਾਰੀ ਵਾਲੀ ਗੱਲ ਸੁਣ ਕੇ ਬੀਰਬਲ ਖੁਸ਼ ਹੋ ਗਿਆ ਅਤੇ ਉਸ ਨੇ ਸਾਜੋ ਸਮਾਨ ਲਈ 10,000 ਰੁਪਏ ਦੀ ਮੰਗ ਕੀਤੀ। 10,000 ਰੁਪਏ ਦਾ ਬੈਗ ਤੁਰੰਤ ਉਸ ਨੂੰ ਸੌਂਪ ਦਿੱਤਾ ਗਿਆ। ਬੀਰਬਲ ਨੇ ਘਰ ਪਹੁੰਚ ਕੇ ਇੱਕ ਸੁਨਿਆਰੇ ਨੂੰ ਬੁਲਾਇਆ। ਉਹ ਆਪਣੇ ਕੰਮ ਪ੍ਰਤੀ ਬਹੁਤ
ਸੰਪਰਪਤਾ ਸੀ। ਬੀਰਬਲ ਨੇ ਉਸ ਨੂੰ ਪੈਸਿਆਂ ਦਾ ਥੈਲਾ ਦਿੱਤਾ ਅਤੇ ਕਿਹਾ, ਸੇਠ ਜੀ ਨੂੰ ਮੈਨੂੰ ਮੋਤੀਆਂ ਨਾਲ ਜੜੀ ਹੋਈ ਸੋਨੇ ਦੀ ਬਾਲੀ ਚਾਹੀਦੀ ਹੈ। ਇਸ ਲਈ ਬਾਜ਼ਾਰ ਤੋਂ ਵਧੀਆ ਮੋਤੀ ਇਕੱਠੇ ਕਰੋ ਅਤੇ ਉਹਨੂੰ ਨੂੰ ਸੋਨੇ ਵਿੱਚ ਇਸ ਤਰ੍ਹਾਂ ਲਗਾਓ ਕਿ ਉਹ ਬਿਲਕੁਲ ਜੋ ਜੋ ਦੀਆਂ ਚਮਕੇ ਵਾਂਗ ਦਿਖਾਈ ਦੇਣ ਝੁਮਕਿਆਂ ਵਾਂਗ ਦਿਖਾਈ ਦੇਣ। ਕੁਝ ਸਮੇਂ ਬਾਅਦ ਸੁਨਿਆਰੇ ਨੇ ਇੱਕ ਸ਼ਾਨਦਾਰ ਮੁੰਦਰੀ ਬਣਾਈ। ਬੀਰਬਲ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਇਨਾਮ ਵਜੋਂ ਕੁਝ ਪੈਸੇ ਦੇ ਕੇ ਵਿਦਾ ਕਰ ਦਿੱਤਾ। ਤੁਸੀਂ ਉਹ ਮੁੰਦਰੀ ਲੈ ਕੇ ਰਾਜੇ ਦੇ ਮਹੱਲ ਵੱਲ ਚੱਲ ਪਏ। ਜਦੋਂ ਤੱਕ ਅਸੀਂ ਅਦਾਲਤ ਵਿੱਚ ਪਹੁੰਚੇ ਤਾਂ ਅੱਧੇ ਦਿਨ ਲੰਘ ਚੁੱਕਾ ਸੀ। ਉਸ ਨੇ ਪਹਿਰੇਦਾਰ ਰਾਹੀਂ ਰਾਜੇ ਨੂੰ ਆਪਣਾ ਆਉਣ ਦਾ ਸੁਨੇਹਾ ਭੇਜਿਆ, ਪ੍ਰਿਥਵੀ ਨਾਥ, ਮੈਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਮਾਮਲੇ 'ਤੇ ਮਿਲਣ ਆਇਆ ਹਾਂ, ਜੇਕਰ ਇਜਾਜ਼ਤ ਹੋਵੇ ਤਾਂ ਮੈਂ ਅੰਦਰ ਆਵਾਂਗਾ। ਰਾਜੇ ਨੇ ਹੁਕਮ ਦੇ ਕੇ ਬੀਰਬਲ ਨੂੰ ਦਰਬਾਰ ਵਿੱਚ ਬੁਲਾਇਆ। ਬੀਰਬਲ ਨੇ ਬਾਦਸ਼ਾਹ ਕੋਲ ਪਹੁੰਚ ਕੇ ਨਿਯਮ ਅਨੁਸਾਰ ਉਸ ਨੂੰ ਸਲਾਮ ਕੀਤਾ। ਕੋਲ ਬੈਠੇ ਕੇ ਮੋਤੀ ਉਸ ਦੇ ਹੱਥ ਵਿੱਚ ਰੱਖ ਕੇ ਕਿਹਾ, ਗਰੀਬ ਸਾਹਿਬ, ਇਹ ਮੋਤੀ ਦਾ ਬੀਜ ਇੱਕ ਵਿਦੇਸ਼ੀ ਵਪਾਰੀ ਲਿਆ ਸੀ ਜੋ ਮੈਂ ਬੜੀ ਮੁਸ਼ਕਲ ਨਾਲ ਪ੍ਰਾਪਤ ਕੀਤਾ ਹੈ। ਇਸ ਵਿੱਚ ਇੱਕ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਕੋਈ ਸ਼ੁੱਧ ਮਨੁੱਖ ਇਸ ਨੂੰ ਚੰਗੀ ਜ਼ਮੀਨ ਵਿੱਚ ਬੀਜਦਾ ਹੈ ਤਾਂ ਇਸ ਤਰ੍ਹਾਂ ਦੇ ਹੋਰ ਵੀ ਕਈ ਮੋਤੀ ਪੈਦਾ ਹੋਣਗੇ। ਮੈਂ ਦੇਖਿਆ ਹੈ ਕਿ ਇਹ ਕੰਮ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ, ਇਸ ਲਈ ਮੈਂ ਤੁਹਾਡੀ ਸੇਵਾ ਕਰਨ ਆਇਆ ਹਾਂ। ਕਿਰਪਾ ਕਰਕੇ ਇਸ ਨੂੰ ਕਿਸੇ ਚੰਗੀ ਜ਼ਮੀਨ ਵਿੱਚ ਬੀਜੋ, ਭਵਿੱਖ ਵਿੱਚ ਤੁਹਾਨੂੰ ਇਸ ਦਾ ਬਹੁਤ ਲਾਭ ਮਿਲੇਗਾ। ਰਾਜੇ ਨੇ ਉਸ ਦੀ ਗੱਲ ਮੰਨ ਲਈ ਅਤੇ ਤੁਰੰਤ ਹੁਕਮ ਦਿੱਤਾ, ਬੀਰਬਲ, ਇਸ ਲਈ ਢੁਕਵੀਂ ਜ਼ਮੀਨ ਲੱਭੋ ਅਤੇ ਸੂਚਿਤ ਕਰੋ। ਪਰ ਮੀਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਬੀਰਬਲ ਇਸ ਮਕਸਦ ਲਈ ਜਿਹੜੀ ਜ਼ਮੀਨ ਚਾਹੇ ਕਿ ਭਾਵੇਂ ਉਹ ਵੱਡੀ ਆਲੀਸ਼ਾਨ ਮਕਾਨ ਨਾਲ ਸਜਾਈ ਗਈ ਹੋਵੇ ਤੁਰੰਤ ਖਾਲੀ ਕਰਵਾ ਦਿੱਤੀ ਜਾਵੇਗੀ। ਬੀਰਬਲ ਮਸ਼ਹੂਰ ਹੋ ਗਿਆ ਅਤੇ ਉਸ ਨੇ ਆਪਣੇ ਪੁਰਾਣੇ ਦੁਸ਼ਮਣ ਦੇ ਘਰ ਨੂੰ ਢਹਾਉਣ ਦਾ ਹੁਕਮ ਦਿੱਤਾ। ਬੀਰਬਲ ਦੇ ਔਕਤ 'ਤੇ ਬਚਣ ਲਈ ਬਹੁਤ ਸਾਰੇ ਲੋਕਾਂ ਨੇ ਵੱਡੀ ਰਿਸ਼ਵਤ ਦਿੱਤੀ। ਪਹਿਲਾਂ ਤਾਂ ਉਹ ਲੋਕਾਂ ਨੂੰ ਡਰਾ ਧਮਕਾ ਕੇ ਭਜਾ ਦਿੰਦਾ ਸੀ, ਪਰ ਜਦੋਂ ਉਹ ਨਾ ਮੰਨਦਾ ਅਤੇ ਬਹੁਤ ਮਿੰਨਤਾਂ ਕਰਦੇ ਤਾਂ ਉਹ ਕਿਸੇ ਨਾ ਕਿਸੇ ਤੋਂ ਰਿਸ਼ਵਤ ਲੈ ਕੇ ਉਹਨਾਂ ਦਾ ਘਰ ਛੁਡਾ ਦਿੰਦਾ। ਜਦੋਂ ਬੀਰਬਲ ਨੂੰ ਬਹੁਤ ਸਾਰੇ ਪੈਸੇ ਮਿਲੇ ਤਾਂ ਉਸਨੇ ਵੱਡੇ ਮਹਿਲ ਨੂੰ ਢਹਾਉਣ ਬੰਦ ਕਰ ਦਿੱਤਾ। ਬਾਅਦ ਵਿੱਚ ਗਰੀਬਾਂ ਦੀਆਂ ਝੌਂਪੜੀਆਂ ਦੀ 4 ਗੁਣਾ ਕੀਮਤ ਦੇ ਕੇ ਉਸ 'ਤੇ ਕੁਝ ਝੌਂਪੜੀਆਂ ਨੂੰ ਢਹਾ ਕੇ ਜ਼ਮੀਨ ਦੀ ਕਾਫੀ ਸਮਲਤ ਟੁਕੜਾ ਬਣਾ ਕੇ ਉਸਨੂੰ ਚੰਗੀ ਤਰ੍ਹਾਂ ਵਾਹ ਕੇ ਉਸ ਵਿੱਚ ਚੰਗੀ ਕਿਸਮ ਦੀ ਖਾਦ ਪਾ ਦਿੱਤੀ। ਉਸ ਨੇ ਖੇਤਾਂ ਨੂੰ ਚੰਗੀ ਤਰ੍ਹਾਂ ਸਿੱਝਿਆ ਅਤੇ ਖੇਤਾਂ ਦੀ ਮੁਰੰਮਤ ਕੀਤੀ। ਜਦੋਂ ਖੇਤ ਬੀਜ ਲਈ ਤਿਆਰ ਹੋ ਗਏ ਤਾਂ ਬੀਰਬਲ ਨੇ ਰਾਜੇ ਨੂੰ
ਸੰਦੇਸ਼ ਵਾਹਕ ਰਾਹੀਂ ਖਬਰ ਭੇਜ ਦਿੱਤੀ, ਪ੍ਰਿਥਵੀ ਨਾਲ ਤੁਹਾਡਾ ਫਾਰਮ ਤਿਆਰ ਹੈ, ਹੁਣ ਤੁਸੀਂ ਕੌਂਸਲਰ ਦੇ ਨਾਲ ਆਓ ਅਤੇ ਫਾਰਮ ਦਾ ਦੌਰਾ ਕਰੋ। ਬੀਰਬਲ ਉਸ ਮੋਤੀ ਦੀ ਬੀਜ ਲੈ ਕੇ ਇਕੱਠੇ ਇਕੱਠ ਦੇ ਸਾਹਮਣੇ ਆਏ ਤਾਂ ਅਕਬਰ ਨੂੰ ਵਿਖਾਇਆ ਅਤੇ ਕਿਹਾ, ਜਨਾਬ ਜਿਹੜੇ ਇਸ ਬੀਜ ਨੂੰ ਬੀਜਦੇ ਹੈ ਉਹ ਬਹੁਤ ਪਵਿੱਤਰ ਵਿਅਕਤੀ ਹੋਣਾ ਚਾਹੀਦਾ ਹੈ। ਗੰਧ ਵਾਲਾ ਬੀਜ ਬੀਜਣ ਨਾਲ ਇੱਕ ਮੋਤੀ ਯਕੀਨਨ ਤੌਰ 'ਤੇ ਨਹੀਂ ਵਧੇਗਾ, ਇਸ ਲਈ ਜਿਸ ਦਾ ਸਰੀਰ ਹਵਾ ਤੋਂ ਮੁਕਤ ਹੋਵੇ ਉਸ ਨੂੰ ਹੀ ਬੀਜ ਬੀਜਣਾ ਚਾਹੀਦਾ ਹੈ। ਤੇਰਾ ਦਰਬਾਰ ਵਿੱਚ ਅਜਿਹੇ ਬੰਦਿਆਂ ਦੀ ਕੋਈ ਕਮੀ ਨਹੀਂ ਹੈ, ਕਿਸੇ ਨੂੰ ਹੁਕਮ ਦਿਓ ਜੋ ਇਹ ਕੰਮ ਖੁਸ਼ੀ ਨਾਲ ਕਰੇਗਾ। ਬਾਦਸ਼ਾਹ ਅਕਬਰ ਨੇ ਆਪਣੇ ਹਜ਼ਾਰਾਂ ਸਾਰੇ ਕੌਂਸਲਰ ਨੂੰ ਇੱਕ ਇੱਕ ਕਰਕੇ ਕਿਹਾ, ਪਰ ਕੋਈ ਵੀ ਬੀਜ ਬੀਜਣ ਲਈ ਤਿਆਰ ਨਹੀਂ ਹੋਇਆ। ਹਜ਼ਾਰਾਂ ਦੇ ਕਰੀਬ ਲੋਕ ਮੌਜੂਦ ਸਨ ਪਰ ਸਾਰਿਆਂ ਨੇ ਇਨਕਾਰ ਕਰ ਦਿੱਤਾ। ਕਾਰਨ ਇਹ ਹੈ ਕਿ ਜੋ ਕੋਈ ਮੋਤੀ ਬੀਜਣ ਦੀ ਜ਼ਰੂਰਤ ਕਰਦਾ ਹੈ ਉਸ ਨੂੰ ਹਵਾ ਪਸੰਦ ਨਹੀਂ ਹੈ ਅਤੇ ਬਾਅਦ ਵਿੱਚ ਮੋਤੀ ਨਹੀਂ ਉੱਗਦਾ, ਫਿਰ ਉਸ ਦੀ ਗਰਦਨ 'ਤੇ ਵਾਰ ਕੀਤਾ ਜਾਵੇਗਾ। ਫਿਰ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਬੀਜ ਬੀਜਣ ਲਈ ਕਿਹਾ। ਬੀਰਬਲ ਨੇ ਕਿਹਾ, ਪ੍ਰਿਥਵੀ ਨਾਥ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਮੈਨੂੰ ਹਵਾ ਪਸੰਦ ਹੈ। ਤੁਹਾਡੇ ਤੋਂ ਪਹਿਲਾਂ ਕਈ ਲੋਕ ਗਵਾਹੀ ਦੇ ਚੁੱਕੇ ਹਨ ਕਿ ਹੁਣ ਉਹਨਾਂ ਨੂੰ ਹਵਾ ਪਸੰਦ ਨਹੀਂ ਹੈ, ਇਸ ਲਈ ਬਹੁਤ ਅਫਸੋਸ ਦੀ ਗੱਲ ਹੈ ਕਿ ਕੋਈ ਬੀਜ ਬੀਜਣ ਲਈ ਤਿਆਰ ਕਿਉਂ ਨਹੀਂ ਹੈ। ਜਨਾਬ ਨੂੰ ਵੀ ਹਵਾ ਪਸੰਦ ਨਹੀਂ, ਇਸ ਲਈ ਬਿਹਤਰ ਹੋਵੇਗਾ ਜੇਕਰ ਤੁਸੀਂ ਇਹ ਕੰਮ ਖੁਦ ਕਰੋ। ਬਾਦਸ਼ਾਹ ਨੇ ਬੀਰਬਲ ਦਾ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਮੈਨੂੰ ਵੀ ਹਵਾ ਪਸੰਦ ਹੈ। ਇਸ ਸੰਸਾਰ ਵਿੱਚ ਇੱਕ ਵੀ ਮਨੁੱਖ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਹਵਾ ਦਾ ਅਹਿਸਾਸ ਨਾ ਹੋਇਆ ਹੋਵੇ। ਫਿਰ ਬੀਰਬਲ ਨੇ ਮੌਕੇ ਦੇਖ ਕੇ, ਪ੍ਰਿਥਵੀ ਨਾਥ, ਜੇਕਰ ਇਹ ਗੱਲ ਹੈ ਤਾਂ ਮੈਨੂੰ ਅਤੇ ਬੇਗਮ ਨੂੰ ਕਿਹੜਾ ਗੁਨਾਹ ਕੀਤਾ ਜਿਸ ਦੀ ਸਾਨੂੰ ਸਜ਼ਾ ਮਿਲੇ। ਬੀਰਬਲ ਦੀ ਇਸ ਚਾਲ ਨਾਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ ਅਤੇ ਉਸ ਨੇ ਬੇਗਮ ਨੂੰ ਮਹਿਲ ਵਿੱਚ ਬੁਲਾਉਣ ਦਾ ਹੁਕਮ ਦਿੱਤਾ। ਬੀਰਬਲ ਨੂੰ ਵੀ ਦੀਵਾਨ ਅਤੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ।